हेलो फ्रेंड्स, आज अपना पंजाबी ग्रामर का दूसरा लेक्चर है पंजाबी ग्रामर। ओके, देखो लास्ट क्लास दे विच पंजाबी ग्रामर दे विच आपां ने जो टॉपिक पढ़िया सी डेट इज बोली, भाषा, उपभाषा। बोली, भाषा, उपभाषा। तो आप जो टॉपिक पढ़िया सी ते जिहड़े बच्चों ने पहला कदे भी पंजाब का कोई भी एग्जाम दिता होया है तो उन्होंने पता होएगा कि उस टॉपिक दे विचों बहुत ज़्यादा क्वेश्चंस बनते हैं। अपन उस टॉपिक दे विचों बहुत ज़्यादा क्वेश्चंस बनते हैं ते ओहो क्वेश्चंस ऑलमोस्ट तुसी इस तरह लगा लो कि जिहड़ा इह वाला टॉपिक है इत्थों तुहानूं दो तो तीन नंबर का क्वेश्चन मिलेगा ही मिलेगा हर एग्जाम दे विच। सो इस करके मैं तुहानूं उस टॉपिक ते ही मल्टीपल चॉइस क्वेश्चंस जो ने इस वीडियो दे विच करवाऊंगी। ठीक है, तो आपां सारे ही क्वेश्चंस कवर करांगे जो उस टॉपिक तो बनते हैं। सब तो पहला तो क्वेश्चन बनता है ओहो साधन जिस द्वारा मनुख अपने मन दे भाव किसी दूसरे अगे लिख के या बोल के प्रगट करता है उसनू की कहा जाता है, उसनू की कहा जाता है। ठीक है, उसनू की कहा जाता है। फर्स्ट क्वेश्चन अपना यही है ते इस दे विच जो अपनी ऑप्शन सानू मिलनगे एग्जाम दे विच बोली, मां बोली, भाषा, उपभाषा। तो थोनू लास्ट क्लास दे विच याद होएगा मैं थोनू दसिया सी कि बोली एक अजिहा साधन हुंदी है जिस दे द्वारा आपां सिर्फ ते सिर्फ बोल के अपने मन दे भाव किसी दूसरे अगे प्रगट करते हाँ। ठीक है, लैट सपोज आपां मन लईए कि आपां घर दे विच हाँ। ठीक है, तो एक थोनू भुख लगी है तो तुसी अपनी मदर नू कह रहे हो कि खाना, तो तुसी की कहोगे खाना या रोटी, है ना। तो तुहाडी मदर नू समझ आ जूगा कि तुसी की कहना चाहते हो। ठीक है, तो वह तो होगी बोली। ठीक है, बट जे आप सिर्फ भाषा के कला खाना लिखिए कि तुहानू समझ आ जूगा कि कहना चाहते हो तुसी, खाना खाना है, खाना बनाना है, खाने नू किसी नू देना है, खाना लैके आना है, की करना है। ठीक है, तो ਜਿਹੜੇ ਵਿੱਚ ਆਪਾਂ ਕਿਸੇ ਨੂੰ ਲਿਖ ਕੇ ਵੀ ਦੱਸਣੇ ਹੋਣ ਆਪਣੇ ਮਨ ਦੇ ਭਾਵ ਜਾਂ ਫਿਰ ਬੋਲ ਕੇ ਦੱਸਣੇ ਹੋਣ ਤਾਂ ਉਹ ਆਪਣੇ ਕੋਲ ਹੋਏਗਾ ਭਾਸ਼ਾ, ਉਹ ਆਪਣੇ ਕੋਲ ਹੋਏਗਾ ਭਾਸ਼ਾ। ਦੂਸਰਾ ਕੁਸ਼ਚਨ ਜੋ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਰਿਪੀਟ ਹੋਇਆ ਹੈ ਉਹ ਬੋਲੀ ਜੋ ਬੱਚਾ ਆਪਣੇ ਘਰ ਵਿੱਚ ਸਿੱਖਦਾ ਹੈ, ਘਰ ਵਿੱਚ ਸਿੱਖਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ। ਤਾਂ ਇੱਥੇ ਆਪਸ਼ਨਸ ਹੋਣਗੇ ਬੋਲੀ, ਉਪਭਾਸ਼ਾ, ਮੌਖਿਕ ਬੋਲੀ, ਮੌਖਿਕ ਬੋਲੀ, ਮਾਤ ਭਾਸ਼ਾ, ਮਾਤ ਭਾਸ਼ਾ। ਠੀਕ ਹੈ, ਤਾਂ ਆਪਣੇ ਕੋਲ ਜਿਹੜੀ ਬੋਲੀ ਬੱਚਾ ਆਪਣੇ ਘਰ ਵਿੱਚ ਸਿੱਖਦਾ ਹੈ ਉਹਨੂੰ ਮਾਂ ਬੋਲੀ, ਠੀਕ ਹੈ, ਜਾਂ ਮਾਤ ਭਾਸ਼ਾ, ਇਹਨੂੰ ਤੁਸੀਂ ਮਾਂ ਬੋਲੀ ਵੀ ਕਹਿ ਸਕਦੇ ਹੋ, ਮਾਂ ਬੋਲੀ ਵੀ ਕਹਿ ਸਕਦੇ ਹੋ, ਇੱਕੋ ਹੀ ਚੀਜ਼ ਹੈ ਬੇਸਿਕਲੀ। ਜਿਹੜੀ ਆਪਣੇ ਘਰ ਵਿੱਚ ਸਿੱਖਦਾ ਹੈ ਇਹ ਨਹੀਂ ਹੈਗਾ ਕਿ ਉਹ ਸਿਰਫ ਆਪਣੀ ਮਦਰ ਤੋਂ ਹੀ ਸਿੱਖਦਾ, ਉਹ ਆਪਣੇ ਪਾਪਾ ਤੋਂ, ਆਪਣੇ ਦਾਦਾ ਦਾਦੀ ਤੋਂ, ਆਪਣੇ ਤਾਏ ਚਾਚੇ ਤੋਂ, ਆਪਣੇ ਬ੍ਰਦਰ ਸਿਸਟਰ ਤੋਂ, ਜਿਹੜੀ ਵੀ ਲੈਂਗੁਏਜ ਬੱਚਾ ਸਿੱਖਦਾ ਹੈ ਉਸਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ।
ਇਹ ਦੋ ਕੁਐਸਚਨਸ ਨੇ ਜੋ ਬੰਦੇ ਨੇ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਆਪਾਂ ਅਗਲੇ ਕੁਐਸਚਨਸ ਨੂੰ ਲਰਨ ਕਰਾਂਗੇ। ਪਹਿਲਾਂ ਇੱਥੇ ਤੱਕ ਦੇਖ ਲਓ। ਉਸ ਤੋਂ ਬਾਅਦ ਜੋ ਥਰਡ ਕੁਐਸਚਨ ਹੈ, ਥਰਡ ਕੁਐਸਚਨ ਆਪਣੀ ਉਸ ਟੌਪਿਕ 'ਚੋਂ ਬਣਦਾ ਹੈ, ਉਹ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ। ਇੱਥੇ ਆਪਣੇ ਕੋਲ ਆਪਸ਼ਨਸ ਨੇ ਧੁਨੀ, ਲਿਪੀ, ਸ਼ਬਦ, ਵਾਕ। ਵਾਕ ਡੀ ਆਪਸ਼ਨ ਹੈ, ਵਾਕ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਕੋਲ ਜੋ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ ਉਹ ਆਪਣੇ ਕੋਲ ਧੁਨੀ ਹੈ। ਧੁਨੀ ਜਿਹੜੀ ਧੁਨੀ ਹੁੰਦੀ ਹੈ ਇਹ ਸਭ ਤੋਂ ਛੋਟੀ ਯੂਨਿਟ ਵੈਲਿਊ ਹੁੰਦੀ ਹੈ ਆਪਣੇ ਕੋਲ, ਅਤੇ ਜਿਹੜੀਆਂ ਧੁਨੀਆਂ ਨੇ, ਜਿਹੜੀ ਧੁਨੀ ਹੈ ਆਪਣੇ ਕੋਲ ਪੰਜਾਬੀ ਦੇ ਵਿੱਚ 10 ਧੁਨੀਆਂ ਨੇ, 10 ਧੁਨੀਆਂ ਨੇ। ਕਿਹੜੀਆਂ ਕਿਹੜੀਆਂ? ਈ ਸਿਹਾਰੀ ਤੋਂ ਈ, ਏ ਏ, ਊ ਊ, ਔਂਕੜ ਦੁਲੈਂਕੜ, ਸਿਹਾਰੀ ਬਿਹਾਰੀ, ਲਾਵਾਂ ਦੁਲਾਵਾਂ, ਔਂਕੜ ਦੁਲੈਂਕੜ। ਦੈਨ ਉਸ ਤੋਂ ਬਾਅਦ ਆਪਣੇ ਕੋਲ ਹੋੜਾ, ਅ, ਕੰਨਾ, ਮੁਕਤਾ। ਦੇਖੋ ਇਹ ਆਪਣੇ ਕੋਲ 10, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਲਗਾ ਕਿਹਾ ਜਾਂਦਾ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਹਨਾਂ ਨੂੰ ਲਗਾ ਕਿਹਾ ਜਾਂਦਾ ਹੈ। ਜਿਹੜੀਆਂ ਇਹ ਲਗਾਂ ਨੇ, ਜਿਹੜੀਆਂ ਇਹ ਲਗਾਂ ਨੇ, ਇਹ ਕੀ ਬਣਾਉਂਦੀਆਂ ਨੇ ਆਪਣੇ ਕੋਲ? ਧੁਨੀਆਂ ਬਣਾਉਂਦੀਆਂ ਨੇ। ਇਹ ਕੀ ਬਣਾਉਂਦੀਆਂ ਨੇ? ਧੁਨੀਆਂ ਬਣਾਉਂਦੀਆਂ ਨੇ। ਇਹਨਾਂ ਨੂੰ ਸਵਰ ਧੁਨੀਆਂ ਕਿਹਾ ਜਾਂਦਾ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਵਰ ਧੁਨੀਆਂ। ਇਸ ਚੀਜ਼ ਨੂੰ ਆਪਾਂ ਆਪਣੀ ਪੰਜਾਬੀ ਗ੍ਰੈਮਰ ਦੇ ਵਿੱਚ, ਜੋ ਆਪਣਾ ਪੇਡ ਕੋਰਸ ਚੱਲ ਰਿਹਾ ਹੈ, ਜੋ ਆਪਣਾ ਪੇਡ ਕੋਰਸ ਚੱਲ ਰਿਹਾ ਹੈ, ਇਲੈਕਟ੍ਰਿਕ ਲਰਨਿੰਗ ਐਪ ਹੈ। ਇਹ ਕੀ ਹੈ? ਇੱਕ ਐਂਡਰੋਇਡ ਐਪ ਹੈ। ਇਸ 'ਤੇ ਪੇਡ ਬੈਚ ਚੱਲ ਰਿਹਾ ਹੈ, ਜੋ ਕਿ 4 ਅਗਸਤ ਨੂੰ ਸਟਾਰਟ ਹੋਇਆ ਹੈ, 4 ਅਗਸਤ 2020 ਨੂੰ ਸਟਾਰਟ ਹੋਇਆ ਹੈ, ਅਤੇ ਸਟਿਲ ਐਡਮਿਸ਼ਨਸ ਆਰ ਗੋਇੰਗ ਔਨ। ਉਹਦੇ ਵਿੱਚ ਆਪਣਾ ਜੋ ਪੰਜਾਬ ਦਾ ਕੋਰਸ ਚੱਲ ਰਿਹਾ, ਉਹਦੇ ਵਿੱਚ ਇਹ ਚੀਜ਼ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਕਿਹੜੀਆਂ ਸਵਰ ਹੁੰਦੇ, ਅੱਖਰ ਹੁੰਦੇ ਨੇ, ਕਿਹੜੀਆਂ ਸਵਰ ਧੁਨੀਆਂ ਹੁੰਦੀਆਂ ਨੇ। ਸੋ ਜਿਹੜੇ ਬੱਚਿਆਂ ਨੇ ਜਿਨ੍ਹਾਂ ਨੂੰ ਇਸ ਐਪ ਬਾਰੇ ਨਹੀਂ ਪਤਾ, ਉਹ ਐਪ ਡਾਊਨਲੋਡ ਕਰ ਲੈਣ ਅਤੇ ਬੈਚ ਹੈ ਜੋ ਉਹਨੂੰ ਐਨਰੋਲ ਕਰਵਾ ਸਕਦੇ ਨੇ। ਕਲੀਅਰ ਹੈ? ਉਸ ਤੋਂ ਬਾਅਦ ਜੋ ਆਪਣੇ ਕੋਲ ਅਗਲਾ ਕੁਐਸਚਨ ਬਣਦਾ ਹੈ, ਫੋਰਥ ਕੁਐਸਚਨ, ਉਹ ਕੀ ਹੈ? ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਿਕ ਇਕਾਈ ਕਿਹੜੀ ਹੈ? ਸਾਰਥਕ ਇਕਾਈ ਕਿਹੜੀ ਹੈ? ਹੁਣ ਦੇਖੋ ਆਪਣੇ ਕੋਲ ਛੋਟੀ ਤੋਂ ਛੋਟੀ ਸਾਰਥਕ ਇਕਾਈ। ਸਾਰਥਕ ਦਾ ਮਤਲਬ ਹੁੰਦਾ ਹੈ ਮੀਨਿੰਗਫੁੱਲ।
ਹੁਣ ਦੇਖੋ ਕੀ ਤੁਸੀਂ ਸਵਰ ਧੁਨੀਆਂ ਦੇ ਨਾਲ ਆ ਈ ਏ ਵਗੈਰਾ ਦੇ ਨਾਲ ਤੁਸੀਂ ਕੋਈ ਗੱਲ ਨੂੰ ਸਮਝਾ ਸਕਦੇ ਹੋ? ਕੋਈ ਗੱਲ ਨਹੀਂ ਸਮਝਾ ਸਕਦੇ। ਜੇ ਤੁਸੀਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੈ ਤਾਂ ਉਹਦੇ ਲਈ ਤੁਹਾਨੂੰ ਇੱਕ ਕੋਈ ਮੀਨਿੰਗਫੁਲ ਚੀਜ਼ ਹੋਣੀ ਚਾਹੀਦੀ ਹੈ। ਤਾਂ ਆਪਾਂ ਇੱਥੇ ਛੋਟੀ ਤੋਂ ਛੋਟੀ ਦੀ ਗੱਲ ਕੀਤੀ ਹੈ ਤਾਂ ਉਹ ਕਿਹੜੀ ਹੋਏਗੀ? ਆਪਸ਼ਨਸ ਦੇਖੋ ਅਤੇ ਮੈਨੂੰ ਆਨਸਰ ਕਰਿਓ, ਕਮੈਂਟਸ ਦੇ ਵਿੱਚ ਆਨਸਰ ਕਰਕੇ ਦੱਸਿਓ। ਤਾਂ ਉਹ ਆਪਣੇ ਕੋਲ ਇਹ ਧੁਨੀ ਸ਼ਬਦ ਵਾਕ ਲਿਪੀ। ਹਾਂਜੀ, ਕਮੈਂਟ ਕਰਕੇ ਦੱਸੋ। ਦੇਖੋ ਆਪਣੇ ਕੋਲ ਜੋ ਛੋਟੀ ਤੋਂ ਛੋਟੀ ਸਾਰਥਕ ਇਕਾਈ ਹੈ ਨਾ, ਇਹ ਆਪਣੇ ਕੋਲ ਸ਼ਬਦ ਹੁੰਦਾ ਹੈ। ਸ਼ਬਦ ਜਿਹੜੀ ਧੁਨੀ ਹੈ, ਧੁਨੀਆਂ ਹੀ ਮਿਲ ਕੇ ਆਪਣੇ ਕੋਲ ਸ਼ਬਦ ਬਣਾਉਂਦੀਆਂ ਨੇ। ਦੇਖੋ ਆਪਣੇ ਕੋਲ ਹੁਣ ਜੋ ਸ਼ਬਦ ਹੈ, ਸ਼ਬਦ ਹੈ ਇਹਨੂੰ ਹੀ ਕੀ ਕਹਿੰਦੇ ਨੇ? ਇਹਨੂੰ ਭਾਵਾਂਸ਼ ਜਾਂ ਰੂਪਗ੍ਰਾਮ ਵੀ ਕਹਿੰਦੇ ਨੇ। ਸ਼ਬਦ ਨੂੰ ਭਾਵਾਂਸ਼ ਜਾਂ ਰੂਪਗ੍ਰਾਮ ਵੀ ਕਿਹਾ ਜਾਂਦਾ ਹੈ। ਹੁਣ ਦੇਖੋ ਆਪਣੇ ਕੋਲ, ਤੁਹਾਨੂੰ ਮੇ ਬੀ ਯਾਦ ਹੋਏਗਾ ਬਚਪਨ ਦੇ ਵਿੱਚ ਆਪਾਂ ਕਿਸ ਤਰ੍ਹਾਂ ਸ਼ਬਦ ਬਣਾਉਂਦੇ ਹੁੰਦੇ ਸੀ, ਹਾ ਹਾ ਰਾਰਾ ਹਰ, ਜੇ ਤੁਸੀਂ ਜਾਂ ਫਿਰ ਹਾ ਹਾ ਲੱਲਾ ਹਲ। ਹੁਣ ਦੇਖੋ ਤੁਸੀਂ ਹਾ 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 ਆ ਦੀ ਆਵਾਜ਼ ਆਈ। ਹੁਣ ਜਿਹੜੀ ਆ ਦੀ ਆਵਾਜ਼ ਹੁੰਦੀ ਹੈ ਨਾ, ਉਹ ਮੁਕਤਾ ਹੁੰਦੀ ਹੈ। ਲੱਲਾ ਲੱਲਾ ਆ ਕੰਨੇ ਦੀ ਆਵਾਜ਼ ਆਈ। ਤਾਂ ਹੁਣ ਇਹ ਆਪਣੇ ਕੋਲ ਸਵਰ ਧੁਨੀਆਂ ਨੇ ਜਿਹੜੀਆਂ, ਕੋਈ ਵੀ ਅਕਸ਼ਰ ਲਗਾ ਲਓ, ਰਾ ਰਾ ਅ ਦੀ ਆਵਾਜ਼ ਆਈ, ਰਾ ਰਾ ਅ ਦੀ ਆਵਾਜ਼ ਆਈ। ਤਾਂ ਹੁਣ ਜਦੋਂ ਤੁਸੀਂ ਇਹ ਧੁਨੀਆਂ ਨੂੰ ਜੋੜਿਆ, ਤਾਂ ਫਿਰ ਆਪਣੇ ਕੋਲ ਕੀ ਬਣ ਜਾਂਦੇ ਨੇ? ਸ਼ਬਦ ਬਣ ਜਾਂਦੇ ਨੇ। ਅਤੇ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਹੁੰਦੇ ਨੇ, ਜਿਹੜੀ ਕਿ ਕਿਸੇ ਨੂੰ ਕੋਈ ਗੱਲ ਸਮਝਾਉਣ ਦੇ ਵਿੱਚ ਹੈਲਪਫੁੱਲ ਹੁੰਦੇ ਨੇ। ਠੀਕ ਹੈ, ਦੈਨ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਹੀ ਆਪਣੀ ਪੇਡ ਕੋਰਸ ਦੇ ਵਿੱਚ ਹੀ ਪੜ੍ਹਾਂਗੇ ਕਿ ਆਪਣੇ ਕੋਲ ਜਿਹੜੇ ਇਹ ਸ਼ਬਦ ਹੁੰਦੇ ਨੇ ਉਹ ਮਿਲ ਕੇ ਕੀ ਬਣਾਉਂਦੇ ਨੇ, ਫਿਰ ਜਿਹੜੇ ਸਾਰਥਕ ਸ਼ਬਦ ਹੁੰਦੇ ਨੇ ਉਹੀ ਮਿਲ ਕੇ ਬਣਾਉਂਦੇ ਨੇ ਵਾਕ। ਠੀਕ ਹੈ, ਅਤੇ ਵਾਕ ਜਿਹੜਾ ਹੁੰਦਾ ਉਹ ਭਾਸ਼ਾ ਦੀ ਵੱਡੀ ਤੋਂ ਵੱਡੀ ਸਾਰਥਕ ਇਕਾਈ ਹੁੰਦਾ ਹੈ। ਸੋ ਆਪਣੇ ਕੋਲ ਜਿਹੜਾ ਫਿਫਥ ਕੁਐਸਚਨ ਇਸ ਟੋਪਿਕ 'ਚੋਂ ਬਣਦਾ ਹੈ ਉਹ ਇਹ ਹੈ, ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕਿਹੜੀ ਹੁੰਦੀ ਹੈ? ਚਾਹੇ ਤਾਂ ਤੁਹਾਨੂੰ ਸਿਰਫ ਇਸ ਤਰ੍ਹਾਂ ਹੀ ਲਿਖਿਆ ਆ ਜਾਏ, ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕਿਹੜੀ ਹੁੰਦੀ ਹੈ, ਚਾਹੇ ਤੁਹਾਨੂੰ ਇਹ ਵੀ ਲਿਖਿਆ ਆ ਜਾਏ ਕਿ ਭਾਸ਼ਾ ਦੀ ਵੱਡੀ ਤੋਂ ਵੱਡੀ ਸਾਰਥਕ ਇਕਾਈ ਕਿਹੜੀ ਹੁੰਦੀ ਹੈ? ਭਾਸ਼ਾ ਦੀ ਵੱਡੀ, ਮੈਂ ਉੱਪਰ ਲਿਖ ਦਿੰਦੀ ਹਾਂ, ਚਾਹੇ ਤੁਹਾਨੂੰ ਅਜੇ ਭਾਸ਼ਾ ਦੀ ਵੱਡੀ ਤੋਂ ਵੱਡੀ ਸਾਰਥਕ ਇਕਾਈ ਕਿਹੜੀ ਹੁੰਦੀ ਹੈ, ਤਾਂ ਆਪਣਾ ਦੋਨਾਂ ਦਾ ਹੀ ਆਨਸਰ ਹੋਏਗਾ ਵਾਕ। ਕਿਉਂਕਿ ਵਾਕ ਦੇ ਵਿੱਚ ਉਹ ਜਿਹੜੀ ਚੀਜ਼, ਹੁਣ ਵਾਕ ਕਿਵੇਂ ਬਣਦੇ ਨੇ, ਵਾਕ ਸਾਰਥਕ ਸ਼ਬਦਾਂ ਤੋਂ ਹੀ ਜੁੜ ਕੇ ਬਣਦੇ ਨੇ। ਆਪਾਂ ਅੱਗੇ ਜਾ ਕੇ ਪੜ੍ਹਾਂਗੇ, ਇੱਕ ਵਾਕ ਸਾਰਥਿਕ ਹੁੰਦੇ ਨੇ, ਇੱਕ ਨਿਰਾਰਥਿਕ ਹੁੰਦੇ ਨੇ। ਨਿਰਾਰਥਿਕ ਹੁੰਦੇ ਨੇ ਜਿਨ੍ਹਾਂ ਦਾ ਕੋਈ ਵੀ ਮਤਲਬ ਨਹੀਂ ਹੁੰਦਾ, ਜਿਵੇਂ ਤੁਸੀਂ ਦੇਖਿਆ ਹੋਊਗਾ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਅਕਸਰ, ਚਾਹ ਚੂਹ ਪੀਣੀ ਹੈ, ਰੋਟੀ ਰਾਟੀ ਖਾਧੀ। ਤਾਂ ਜਿਹੜਾ ਚਾਹ ਹੈ ਉਹ ਇੱਕ ਸਾਰਥਕ ਸ਼ਬਦ ਹੈ, ਚੂਹ ਹੈ ਜਿਹੜਾ ਉਹ ਨਿਰਾਰਥਕ ਹੈ। ਠੀਕ ਹੈ, ਰੋਟੀ ਇੱਕ ਸਾਰਥਿਕ ਸ਼ਬਦ ਹੈ, ਰਾਟੀ ਇੱਕ ਨਿਰਾਰਥਿਕ ਸ਼ਬਦ ਹੈ ਜਿਹਦਾ ਕੋਈ ਮਤਲਬ ਨਹੀਂ, ਉਹ ਸਿਰਫ ਆਪਾਂ ਨੇ ਐਵੇਂ ਹੀ ਬਣਾਇਆ ਹੋਇਆ ਹੈ। ਤਾਂ ਨਿਰਾਰਥਿਕ ਸ਼ਬਦਾਂ ਤੋਂ ਮਿਲ ਕੇ ਕਦੇ ਵੀ ਵਾਕ ਨਹੀਂ ਬਣਦਾ। ਸੋ ਵਾਕ ਹੈ ਜਿਹੜਾ ਉਹ ਹਮੇਸ਼ਾ ਸਾਰਥਕ ਸ਼ਬਦਾਂ ਤੋਂ ਹੀ ਬਣੇਗਾ। ਸੋ ਇਸ ਕਰਕੇ ਵਾਕ ਆਟੋਮੈਟਿਕਲੀ ਸਾਰਥਿਕ ਹੀ ਹੋ ਜਾਂਦੇ, ਅਤੇ ਵੱਡੀ ਤੋਂ ਵੱਡੀ ਇਕਾਈ ਜਿਹੜੀ ਹੋਏਗੀ ਉਹ ਸਾਰਥਿਕ ਹੀ ਹੋਏਗੀ।
ਉਸ ਤੋਂ ਬਾਅਦ ਆਪਾਂ ਨੂੰ ਪੇਪਰ 'ਚ ਬਹੁਤ ਵਾਰੀ ਕੁਐਸਚਨ ਆਉਂਦਾ ਹੈ ਕਿ ਜੋ ਪੰਜਾਬ ਦੀ ਰਾਜ ਭਾਸ਼ਾ ਹੈ ਉਹ ਕਿਹੜੀ ਹੈ। ਅਗਲਾ ਕੁਐਸਚਨ ਹੈ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ, ਕਿਹੜੀ ਹੈ। ਸੋ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ, ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ, ਆਪਸ਼ਨਸ ਕੀ ਨੇ? ਟਕਸਾਲੀ, ਮਿਆਰੀ, ਸੀ ਆਪਸ਼ਨ ਹੈ, ਏ ਐਂਡ ਬੀ ਬੋਥ, ਡੀ ਆਪਸ਼ਨ ਹੈ ਓਨਲੀ ਏ, ਓਨਲੀ ਏ। ਹੁਣ ਦੇਖੋ ਆਪਣੇ ਕੋਲ ਜੋ ਪੰਜਾਬ ਦੀ ਰਾਜ ਭਾਸ਼ਾ ਹੈ ਉਸਨੂੰ ਟਕਸਾਲੀ ਜਾਂ ਫਿਰ ਮਿਆਰੀ ਦੋਨੋਂ ਹੀ ਨਾਮ ਦਿੱਤੇ ਜਾਂਦੇ ਨੇ, ਟਕਸਾਲੀ ਜਾਂ ਮਿਆਰੀ। ਸੋ ਆਪਣਾ ਇੱਥੇ ਆਨਸਰ ਹੋਏਗਾ ਸੀ, ਆਨਸਰ ਹੋਏਗਾ ਸੀ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਉਪਭਾਸ਼ਾ ਨਾਲ ਮੇਲ ਖਾਂਦੀ ਹੈ। ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹ ਕਿਹੜੀ ਉਪਭਾਸ਼ਾ ਨਾਲ ਮੇਲ ਖਾਂਦੀ ਹੈ? ਆਪਸ਼ਨ ਏ ਦੁਆਬੀ, ਮਾਝੀ, ਮਲਵਈ, ਪੁਆਧੀ। ਫਟਾਫਟ ਕਮੈਂਟ ਕਰਕੇ ਆਨਸਰ ਦੱਸੋ। ਜੋ ਪੰਜਾਬ ਦੀ ਰਾਜ ਭਾਸ਼ਾ ਹੈ ਉਹ ਮਾਝੀ ਦੇ ਨਾਲ ਮੇਲ ਖਾਂਦੀ ਹੈ, ਉਹ ਮਾਝੀ ਨਾਲ ਮੇਲ ਖਾਂਦੀ ਹੈ। ਮੈਂ ਤੁਹਾਨੂੰ ਪਿਛਲੀ ਕਲਾਸ, ਜਿਨ੍ਹਾਂ ਨੇ ਮੇਰੀ ਪੰਜਾਬੀ ਗ੍ਰੈਮਰ ਦੀ ਫਸਟ ਕਲਾਸ ਨਹੀਂ ਦੇਖੀ, ਉਹ ਇਸ ਚੀਜ਼ ਦੇ ਲਈ ਪੂਰੀ ਕਲਾਸ ਦੇਖੋ, ਤੁਹਾਨੂੰ ਉੱਥੇ ਇਸ ਚੀਜ਼ ਦਾ ਆਨਸਰ ਮਿਲੇਗਾ। ਮੈਨੇ ਪੂਰਾ ਐਕਸਪਲੇਨ ਕੀਤਾ ਸੀ ਕਿ ਕਿਉਂ। ਨੈਕਸਟ ਕੁਐਸਚਨ, ਅਗਲਾ ਜੋ ਕੁਐਸਚਨ ਆਪਾਂ ਨੂੰ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਉਂਦਾ ਹੈ ਉਹ ਹੇਠ ਲਿਖੇ ਕਿਹੜੇ ਜ਼ਿਲ੍ਹੇ ਵਿੱਚ ਮਾਝੀ ਨਹੀਂ ਬੋਲੀ ਜਾਂਦੀ? ਹੇਠ ਲਿਖੇ ਕਿਹੜੇ ਜ਼ਿਲ੍ਹੇ ਵਿੱਚ ਮਾਝੀ ਨਹੀਂ ਬੋਲੀ ਜਾਂਦੀ, ਇਹ ਕੁਐਸਚਨ ਹੈ। ਆਪਸ਼ਨਸ ਸੰਗਰੂਰ, ਬਠਿੰਡਾ, ਫਿਰੋਜ਼ਪੁਰ। ਸੋਰੀ, ਇਹ ਲਿਖ ਲਓ ਮਾਝੀ ਬੋਲੀ ਜਾਂਦੀ ਹੈ, ਬੋਲੀ ਜਾਂਦੀ ਹੈ ਲਿਖ ਲਓ, ਬੋਲੀ ਜਾਂਦੀ ਹੈ ਲਿਖ ਲਓ। ਫਿਰ ਆਪਾਂ ਦੈਨ ਉਸ ਤੋਂ ਬਾਅਦ ਹੁਸ਼ਿਆਰਪੁਰ, ਈ ਆਪਸ਼ਨ ਗੁਰਦਾਸਪੁਰ। ਤਾਂ ਦੱਸੋ ਇਹਨਾਂ ਵਿੱਚੋਂ ਕਿਹੜੇ ਵਿੱਚ ਮਾਝੀ ਬੋਲੀ ਜਾਂਦੀ ਹੈ? ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ। ਜਿਨ੍ਹਾਂ ਨੇ ਪਿਛਲਾ ਲੈਕਚਰ ਪੂਰਾ ਦੇਖਿਆ ਹੈ, ਪਿੱਛੇ ਵਾਲਾ, ਉਹਨਾਂ ਨੂੰ ਪਤਾ ਹੋਏਗਾ ਕਿ ਆਪਣਾ ਜੋ ਗੁਰਦਾਸਪੁਰ ਹੈ ਇਹਦੇ ਵਿੱਚ ਮਾਝੀ ਬੋਲੀ ਜਾਂਦੀ ਹੈ। ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਇਹਨਾਂ 'ਚ ਬੋਲੀ ਜਾਂਦੀ ਹੈ ਮਲਵਈ। ਹੁਸ਼ਿਆਰਪੁਰ ਦੇ ਵਿੱਚ ਬੋਲੀ ਜਾਂਦੀ ਹੈ ਦੁਆਬੀ। ਤਾਂ ਇਸ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਆਉਂਦੇ ਨੇ। ਅਤੇ ਮੈਂ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਵੀ ਦੱਸਿਆ ਸੀ ਕਿ ਆਪਣੇ ਕੋਲ ਪੰਜਾਬ ਦੇ ਵਿੱਚ ਟੋਟਲ 22 ਡਿਸਟ੍ਰਿਕਟਸ ਨੇ, 22 ਜ਼ਿਲ੍ਹੇ ਨੇ। ਇਹ 22 ਜ਼ਿਲ੍ਹਿਆਂ ਨੂੰ ਤੁਸੀਂ ਡਿਵਾਈਡ ਕਰ ਲਓ 4, 4, 12.5,
ਤੇ ਸੌਰੀ 12 ਪਲੱਸ 2 ਹਾਫ ਤੇ ਫਿਰ ਇੱਥੇ 2 ਹਾਫ ਠੀਕ ਹੈ। ਤਾਂ ਹੁਣ ਜਿਹੜੇ ਪਹਿਲਾਂ 4 ਡਿਸਟ੍ਰਿਕਟਸ ਨੇ ਇਹਨਾਂ ਵਿੱਚ ਆਪਾਂ ਲਿਖਾਂਗੇ ਕਿ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਮਾਝੀ। ਤੇ ਮਾਝੀ ਦੇ ਵਿੱਚ 4 ਡਿਸਟ੍ਰਿਕਟਸ ਕਿਹੜੇ ਨੇ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ। ਫੋਰਥ ਜੋ ਸੈਕਿੰਡ ਹੈ ਇਹਦੇ ਵਿੱਚ ਜੋ 4 ਨੇ ਇਹ ਨੇ ਦੁਆਬੀ ਵਾਲੇ। ਇਹਦੇ ਵਿੱਚ ਦੁਆਬੀ ਕਿਹੜੇ ਕਿਹੜੇ 'ਚ ਬੋਲੀ ਜਾਂਦੀ ਹੈ, ਇਹਦੇ ਵਿੱਚ ਹੈ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ। ਅਤੇ ਜਿਹੜੇ ਇਹ 2 ਹਾਫ ਨੇ ਇਹ ਨੇ ਸੰਗਰੂਰ, ਪਟਿਆਲਾ। ਤਾਂ ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ 4 ਤਾਂ ਇਹ ਯਾਦ ਕਰਨੇ ਨੇ ਕਿ ਮਾਝੀ ਕਿੱਥੇ ਬੋਲੀ ਜਾਂਦੀ ਹੈ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ। ਇਹਦਾ ਤੁਸੀਂ ਇੱਕ ਕੋਡ ਬਣਾ ਲਓ, ਗੈਪਟ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨ ਤਾਰਨ। ਇਹਨੂੰ 2-3 ਵਾਰੀ ਬੋਲੋ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨ ਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨ ਤਾਰਨ, ਗੈਪਟ, ਯਾਦ ਹੋ ਜਾਏਗਾ ਈਜ਼ੀਲੀ, ਠੀਕ ਹੈ। ਦੈਨ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ। ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ। ਕਪੂਰਥਲਾ ਦੇ ਬਿਲਕੁਲ ਨਾਲ ਹੀ ਹੈ ਜਲੰਧਰ, ਠੀਕ ਹੈ, ਹੁਸ਼ਿਆਰਪੁਰ, ਨਵਾਂਸ਼ਹਿਰ। ਤਾਂ ਇੱਥੇ ਆਪਾਂ ਯਾਦ ਕਰਾਂਗੇ ਕਿ ਦੇਖੋ ਆਪਣੇ ਕੋਲ ਪੰਜਾਬ ਦੇ ਵਿੱਚ ਜਿਹੜੀ ਇੱਕ ਲਵਲੀ ਯੂਨੀਵਰਸਿਟੀ ਹੈ ਉਹ ਕਿੱਥੇ ਹੈ, ਜਲੰਧਰ ਦੇ ਵਿੱਚ ਹੈ ਨਾ, ਜਲੰਧਰ ਦੇ ਵਿੱਚ ਹੈ। ਅਤੇ ਜਿਹੜੀ ਆਪਣੀ ਸਾਇੰਸ ਸਿਟੀ ਹੈ ਪੰਜਾਬ ਦੇ ਵਿੱਚ ਉਹ ਕਿੱਥੇ ਹੈ, ਕਪੂਰਥਲਾ ਦੇ ਵਿੱਚ ਹੈ ਆਪਣੇ ਕੋਲ, ਕਪੂਰਥਲਾ ਦੇ ਵਿੱਚ। ਤਾਂ ਆਪਾਂ ਕਪੂਰਥਲਾ, ਜਲੰਧਰ ਦੇ ਲੋਕ ਨਵੇਂ ਆਈਡੀਆਜ਼ ਲੈ ਕੇ ਹੁਸ਼ਿਆਰ ਬਣ ਕੇ ਆਪਾਂ ਕਿਵੇਂ ਇੱਥੇ ਲੌਜਿਕ ਬਣਾਵਾਂਗੇ, ਕਪੂਰਥਲਾ ਅਤੇ ਜਲੰਧਰ ਦੇ ਲੋਕ ਨਵੇਂ ਆਈਡੀਆਜ਼ ਲੈ ਕੇ ਹੁਸ਼ਿਆਰ ਬਣਗੇ, ਠੀਕ ਹੈ। ਤਾਂ ਇਹਨੂੰ ਇਸ ਤਰ੍ਹਾਂ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਜਿਹੜੇ ਸੰਗਰੂਰ ਅਤੇ ਪਟਿਆਲਾ ਡਿਸਟ੍ਰਿਕਟਸ ਨੇ ਨਾ, ਇਹ ਬਹੁਤ ਹੀ ਜ਼ਿਆਦਾ ਹਾਈਲਾਈਟਿਡ ਰਹਿੰਦੇ ਨੇ ਹਮੇਸ਼ਾ ਨਿਊਜ਼ ਦੇ ਵਿੱਚ ਵੀ, ਹੈ ਨਾ। ਜਿਵੇਂ ਹੁਣ ਦੇਖੋ ਆਪਣੇ ਕੋਲ ਕਰੋਨਾ ਫੈਲਿਆ, ਤਾਂ ਸੰਗਰੂਰ ਦੇ ਵਿੱਚ ਜੋ ਇੱਥੋਂ ਦੇ ਆਪਣੇ DC ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ, ਠੀਕ ਹੈ। ਤਾਂ ਉਸ ਤਰੀਕੇ ਨਾਲ ਆਪਾਂ ਇਹਨੂੰ ਯਾਦ ਰੱਖਾਂਗੇ। ਅਤੇ ਪਟਿਆਲਾ ਬਹੁਤ ਫੇਮਸ ਸਿਟੀ ਹੈ, ਤਾਂ ਇੱਥੇ ਆਪਣੇ ਕੋਲ ਹਾਫ ਆਪਣੇ ਕੋਲ ਜੋ 2 ਨੇ ਸੰਗਰੂਰ ਅਤੇ ਪਟਿਆਲਾ, ਅਤੇ ਇੱਥੇ ਵੀ ਜਿਹੜੇ 2 ਹਾਫ ਆਉਂਦੇ ਨੇ ਉਹ ਸੰਗਰੂਰ ਅਤੇ ਪਟਿਆਲਾ ਹੀ ਨੇ, ਠੀਕ ਹੈ। ਸੋ ਜਿਹੜੇ ਆਹ ਵਾਲੇ 2 ਹਾਫ ਨੇ ਸੰਗਰੂਰ ਐਂਡ ਪਟਿਆਲਾ, ਇੱਥੇ ਬੋਲੀ ਜਾਂਦੀ ਹੈ ਪੁਆਧੀ। ਅਤੇ ਇੱਥੇ ਜਿਹੜੇ ਇਹ 12+2 ਹਾਫ ਨੇ, ਇੱਥੇ ਬੋਲੀ ਜਾਂਦੀ ਹੈ ਮਲਵਈ, ਇੱਥੇ ਬੋਲੀ ਜਾਂਦੀ ਹੈ ਮਲਵਈ। ਤਾਂ ਇਹ ਵਾਲਾ ਜਿਹੜਾ ਟੋਪਿਕ ਆ, ਜਿਹੜਾ ਆਹ ਵਾਲਾ ਪੂਰੀ ਚੀਜ਼ ਹੈ, ਇੱਥੋਂ ਤੁਹਾਨੂੰ ਅਨਲਿਮਿਟਿਡ ਕੁਸ਼ਚਨ ਬਣਦੇ ਨੇ ਹਰ ਇੱਕ ਡਿਸਟ੍ਰਿਕਟ 'ਤੇ। 22 ਦੇ 22 ਜ਼ਿਲ੍ਹਿਆਂ 'ਤੇ ਕੁਸ਼ਚਨ ਬਣਦੇ ਨੇ, ਕਿਹੜੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਨਹੀਂ ਬੋਲੀ ਜਾਂਦੀ। ਅਤੇ ਅਨਲਿਮਿਟਿਡ ਆਪਸ਼ਨਸ, ਅਨਲਿਮਿਟਿਡ ਕੁਸ਼ਚਨਸ, ਇੱਥੋਂ 15-20 ਕੁਸ਼ਚਨਸ ਨੇ ਜਿਹੜੇ ਉਹ ਬਣਦੇ ਹੀ ਬਣਦੇ ਨੇ। ਇਸ ਚੀਜ਼ ਨੂੰ ਦੇਖੋ, ਆਪਾਂ ਅਲੀਮੀਨੇਟ ਕਰਕੇ ਹੀ ਇਹਨਾਂ ਨੂੰ ਯਾਦ ਕਰਾਂਗੇ, ਅਲੀਮੀਨੇਟ ਕਰਕੇ ਹੀ ਆਪਾਂ ਕੁਸ਼ਚਨ ਦੇਖਾਂਗੇ। ਹੁਣ ਇਹਦੇ ਉੱਪਰ ਹੀ ਮੈਂ ਤੁਹਾਨੂੰ 1-2 ਕੁਸ਼ਚਨਸ ਹੋਰ ਕਰਵਾ ਦਿੰਦੀ ਹਾਂ, ਦੈਨ ਉਸ ਤੋਂ ਬਾਅਦ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਪੇਪਰ ਦੇ ਵਿੱਚ ਕੁਸ਼ਚਨਸ ਨੂੰ ਕਿਸ ਤਰ੍ਹਾਂ ਅਟੈਂਪਟ ਕਰਨਾ ਹੈ। ਇੱਕ ਕੁਸ਼ਚਨ ਚਲੋ ਆਪਾਂ ਦੇਖ ਲੈਂਦੇ ਹਾਂ। ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਦੁਆਬੀ ਬੋਲੀ
ਜਾਂਦੀ ਹੈ। ਠੀਕ ਹੈ, ਆਪਸ਼ਨ ਅਤੇ ਇੱਥੇ ਆਪਣੇ ਕੋਲ ਆਪਸ਼ਨ ਕਪੂਰਥਲਾ ਜਲੰਧਰ ਨਵਾਂਸ਼ਹਿਰ ਅਤੇ ਆਪਾਂ ਇੱਕ ਆਪਸ਼ਨ ਰੱਖਦੇ ਹਾਂ ਆਲ ਆਫ ਦਿਸ, ਆਲ ਆਫ ਦਿਸ। ਤਾਂ ਹੁਣ ਦੇਖੋ ਇੱਥੇ ਆਪਣੇ ਕੋਲ ਇਹ ਜਿਹੜੇ ਸਾਰੇ ਦੇ ਸਾਰੇ ਡਿਸਟ੍ਰਿਕਟਸ ਨੇ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਤੁਸੀਂ ਦੇਖ ਸਕਦੇ ਹੋ ਉੱਧਰ ਚਾਰਟ ਦੇ ਵਿੱਚ ਲਿਖੇ ਹੋਏ ਨੇ। ਇਹਨਾਂ ਸਾਰਿਆਂ 'ਚ ਕਿਹੜੀ ਬੋਲੀ ਜਾਂਦੀ ਹੈ? ਦੁਆਬੀ। ਤਾਂ ਆਪਣਾ ਆਂਸਰ ਹੋ ਜੂਗਾ ਦੁਆਬੀ। ਇਸ ਤਰੀਕੇ ਨਾਲ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਸ਼ਚਨ ਆਉਂਦਾ ਹੈ। ਉਸ ਤੋਂ ਬਾਅਦ ਅਗਲਾ ਜੋ ਕੁਸ਼ਚਨ ਆਪਣੇ ਕੋਲ ਇੱਥੇ ਬਣ ਸਕਦਾ ਹੈ, ਹੇਠ ਲਿਖੇ ਕਿਹੜੇ ਜ਼ਿਲ੍ਹੇ ਵਿੱਚ ਪੁਆਧੀ ਭਾਸ਼ਾ ਦੇ ਆਸਾਰ ਮਿਲਦੇ ਹਨ? ਕਿਹੜੇ ਜ਼ਿਲ੍ਹੇ ਵਿੱਚ, ਮਤਲਬ ਕਿ ਕਿਹੜੇ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ? ਸੋ ਇੱਥੇ ਵੀ ਆਪਣੇ ਕੋਲ ਆਪਸ਼ਨਸ ਆਪਾਂ ਲੈ ਲੈਂਦੇ ਹਾਂ। ਪਟਿਆਲਾ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ। ਤਾਂ ਹੁਣ ਦੇਖੋ ਕਿਹੜੇ ਵਿੱਚ? ਸੰਗਰੂਰ ਅਤੇ ਪਟਿਆਲਾ। ਅਤੇ ਇੱਥੇ ਆਪਣੇ ਕੋਲ ਆਂਸਰ ਹੋ ਜਾਏਗਾ ਪਟਿਆਲਾ। ਜਿਹੜੇ ਬੱਚਿਆਂ ਨੇ ਮੇਰੀ ਫਸਟ ਵੀਡੀਓ ਨਹੀਂ ਦੇਖੀ ਹੈ ਪੰਜਾਬੀ ਗ੍ਰੈਮਰ 'ਤੇ, ਉਹ ਫਸਟ ਵੀਡੀਓ ਨੂੰ ਦੇਖੋ। ਉਹਦੇ ਵਿੱਚ ਮੈਂ ਇਹ ਪੂਰਾ ਦਾ ਪੂਰਾ ਟੋਪਿਕ ਹੈ ਜਿਹੜਾ ਡਿਟੇਲ 'ਚ ਕਰਵਾਇਆ ਹੈ ਕਿ ਪੰਜਾਬ ਦੇ ਵਿੱਚ ਉਪ ਭਾਸ਼ਾਵਾਂ ਹੁੰਦੀਆਂ ਨੇ ਜਿਹੜੀਆਂ ਪ੍ਰੈਜ਼ੈਂਟ, ਆਪਣਾ ਪ੍ਰੈਜ਼ੈਂਟ ਪੰਜਾਬ ਹੈ ਉਹਦੇ ਵਿੱਚ ਚਾਰ ਉਪ ਭਾਸ਼ਾਵਾਂ ਨੇ, ਮਾਝੀ, ਦੁਆਬੀ, ਮਲਵਈ ਅਤੇ ਪੁਆਧੀ। ਅਤੇ ਮੈਂ ਉਹਦੇ ਵਿੱਚ ਪ੍ਰੋਪਰਲੀ ਦੱਸਿਆ ਹੈ ਕਿ ਆਪਣੇ ਕੋਲ ਜਿਹੜੀਆਂ ਇਹ ਭਾਸ਼ਾਵਾਂ ਨੇ, ਜਿਹੜਾ ਇਹ ਏਰੀਆ ਹੈ, ਇਹ ਮਾਝਾ, ਦੁਆਬਾ, ਮਾਲਵਾ, ਪੁਆਧਾ ਏਰੀਆ ਹੈ, ਅਤੇ ਪੰਜਾਬ ਦੇ ਵਿੱਚ ਜਿਹੜੇ ਏਰੀਆਜ਼ ਡਿਵਾਈਡ ਕੀਤੇ ਹੋਏ ਨੇ ਉਹ ਕਿਸੇ ਵੀ ਦੋ ਨਦੀਆਂ ਦੇ ਵਿਚਕਾਰ ਵਾਲੀ ਧਰਤੀ ਦੇ ਅਕੋਰਡਿੰਗ ਡਿਵਾਈਡ ਕੀਤੇ ਹੋਏ ਨੇ। ਅਤੇ ਆਪਾਂ ਨੇ ਉੱਥੋਂ ਹੀ ਉਸ ਚੀਜ਼ ਨੂੰ ਲਰਨ ਕਰਨਾ ਹੈ। ਠੀਕ ਹੈ, ਇੱਥੇ ਮੈਂ ਜਸਟ ਤੁਹਾਨੂੰ ਇੱਕ ਆਈਡੀਆ ਦੇ ਰਹੀ ਹਾਂ, ਮਲਟੀਪਲ ਚੋਇਸ ਕੁਸ਼ਚਨਸ ਕਰਵਾ ਰਹੀ ਹਾਂ ਕਿ ਤੁਹਾਨੂੰ ਉੱਥੇ ਕਿਸ ਤਰ੍ਹਾਂ ਐਗਜ਼ਾਮ ਦੇ ਵਿੱਚ ਕੁਸ਼ਚਨਸ ਬਣ ਸਕਦੇ ਨੇ, ਬਿਕੋਜ਼ ਜੋ ਐਗਜ਼ਾਮ ਹੈ ਉਹ ਇਸ ਟੋਪਿਕ ਦੇ ਵਿੱਚ ਬਹੁਤ ਜ਼ਿਆਦਾ ਕੁਸ਼ਚਨ ਪਾਏ ਜਾਂਦੇ ਨੇ ਐਗਜ਼ਾਮ ਦੇ ਵਿੱਚ। ਇਸ ਕਰਕੇ ਮੈਂ ਤੁਹਾਨੂੰ ਇੱਥੇ ਮਲਟੀਪਲ ਚੋਇਸ ਕੁਸ਼ਚਨਸ ਦਾ ਇੱਕ ਆਈਡੀਆ ਦੇ ਰਹੀ ਹਾਂ। ਅਤੇ ਜਿਹੜੇ ਬੱਚਿਆਂ ਨੇ ਪਹਿਲਾਂ ਐਗਜ਼ਾਮ ਦਿੱਤੇ ਹੋਏ ਨੇ ਨਾ, ਉਹਨਾਂ ਨੂੰ ਪਤਾ ਹੋਊਗਾ ਕਿ ਸੇਮ ਕੁਸ਼ਚਨਸ ਨੇ ਜਿਹੜੇ ਉਹ ਐਗਜ਼ਾਮ 'ਚ ਉਹਨਾਂ ਨੇ ਦੇਖੇ ਹੋਏ ਹੋਣਗੇ ਕਿ ਹਾਂ ਇਸ ਤਰ੍ਹਾਂ ਦੇ ਕੁਸ਼ਚਨਸ ਆਉਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੇ ਜੋ ਆਪਣੀ ਫਸਟ ਵੀਡੀਓ ਦੇ ਵਿੱਚ ਟੋਪਿਕ ਪੜ੍ਹਿਆ ਸੀ ਉਹ ਸਿਰਫ ਹਜੇ ਅਜੋਕੀਆਂ ਉਪ ਭਾਸ਼ਾਵਾਂ, ਮੀਨਸ ਜੋ ਪ੍ਰੈਜ਼ੈਂਟ ਪੰਜਾਬ ਦੇ ਵਿੱਚ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਉੱਪਰ ਹੀ ਕੀਤਾ ਸੀ। ਅਤੇ ਮੈਂ ਤੁਹਾਨੂੰ ਆਪਣੀ ਕਲਾਸ ਦੇ ਵਿੱਚ ਦੱਸਿਆ ਸੀ ਕਿ ਵੀ ਆਪਣੇ ਕੋਲ ਇੱਕ ਪੁਰਾਣਾ ਪੰਜਾਬ ਹੁੰਦਾ ਸੀ। ਪੁਰਾਣੇ ਪੰਜਾਬ ਬੇਸਿਕਲੀ ਦੋ ਨੇ, ਇੱਕ ਤਾਂ ਉਹ ਪੁਰਾਣਾ ਪੰਜਾਬ ਜਦੋਂ ਪਾਕਿਸਤਾਨ ਵੀ ਇੰਡੀਆ ਦਾ ਹੀ ਪਾਰਟ ਹੋਇਆ ਕਰਦਾ ਸੀ, ਇੱਕ ਉਹ ਪੁਰਾਣਾ ਪੰਜਾਬ ਜਿਸ ਦੇ ਵਿੱਚ ਉਹ ਹਰਿਆਣਾ ਕਾਰਵਡ ਆਊਟ ਹੋਇਆ ਹੈ, ਬਾਹਰ ਨਿਕਲਿਆ ਹੈ, ਮੀਨਸ ਹਰਿਆਣਾ ਬਣਿਆ ਹੈ। ਸੋ ਬੇਸਿਕਲੀ ਜੋ ਆਪਣੇ ਕੋਲ ਆਪਣਾ ਪ੍ਰੈਜ਼ੈਂਟ ਪੰਜਾਬ ਹੈ ਇਹਦੇ ਵਿੱਚ ਤਾਂ ਚਾਰ ਉਪ ਭਾਸ਼ਾਵਾਂ ਹੀ ਨੇ, ਬਟ ਜੋ ਪੁਰਾਣਾ ਪੰਜਾਬ ਸੀ ਉਸਦੇ ਵਿੱਚ ਆਪਣੇ ਕੋਲ ਹੋਰ ਵੀ ਉਪ ਭਾਸ਼ਾਵਾਂ ਸੀ ਜਿਵੇਂ ਮੁਲਤਾਨੀ, ਡੋਗਰੀ, ਪੋਠੋਹਾਰੀ। ਆਪਾਂ ਸਿਰਫ ਉਹਨਾਂ ਦੇ ਨੇਮ ਹੀ ਯਾਦ ਕਰਾਂਗੇ ਆਪਣੀ ਅਗਲੀ ਕਲਾਸ ਦੇ ਵਿੱਚ। ਠੀਕ ਹੈ, ਉਹਦੇ ਵਿੱਚ ਆਪਾਂ ਸਿਰਫ ਅਤੇ ਸਿਰਫ ਨੇਮਸ ਨੂੰ ਹੀ ਯਾਦ ਕਰਾਂਗੇ। ਅਤੇ ਨੇਮਸ ਨੂੰ ਯਾਦ ਕਰਨ ਤੋਂ ਬਾਅਦ ਆਪਾਂ ਨੂੰ ਕਈ ਵਾਰੀ ਪੁੱਛ ਲਿਆ ਜਾਂਦਾ ਹੈ, ਬਹੁਤ ਜ਼ਿਆਦਾ ਵਾਰੀ ਕੁਸ਼ਚਨ ਆਉਂਦਾ ਹੈ, ਡੋਗਰੀ ਭਾਸ਼ਾ ਹੁਣ ਪੰਜਾਬ ਦੇ ਕਿਹੜੇ ਸੂਬੇ ਵਿੱਚ ਬੋਲੀ ਜਾਂਦੀ ਹੈ, ਮੀਨਸ ਜਾਂ ਫਿਰ ਕਿਹੜੀ ਸਟੇਟ 'ਚ ਬੋਲੀ ਜਾਂਦੀ ਹੈ। ਤਾਂ ਆਪਾਂ ਪੜ੍ਹਾਂਗੇ ਕਿ ਇਹ ਜੰਮੂ ਕਸ਼ਮੀਰ ਦੀ ਜੋ ਹੈ ਸਟੇਟ ਲੈਂਗੁਏਜ ਹੈ ਡੋਗਰੀ, ਬੋਲੀ ਜਾਂਦੀ ਹੈ ਉੱਥੇ। ਠੀਕ ਹੈ, ਦੈਨ ਉਸ ਤੋਂ ਬਾਅਦ ਆਪਣੇ ਕੋਲ ਉਪ ਭਾਸ਼ਾਵਾਂ 'ਤੇ ਇੱਕ ਥੋੜ੍ਹੇ ਜਿਹੇ ਕੁਸ਼ਚਨਸ ਹੋਰ ਨੇ। ਪਹਿਲਾਂ ਆਪਾਂ ਉਹ ਟੋਪਿਕ ਨੂੰ ਕੰਪਲੀਟ ਕਰਾਂਗੇ, ਦੈਨ ਉਸ ਤੋਂ ਬਾਅਦ ਕੁਸ਼ਚਨਸ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਕੁਸ਼ਚਨਸ ਆਪਣੇ ਕੋਲ ਬਣਦੇ ਨੇ। ਇਸ ਤੋਂ ਬਿਨਾਂ ਆਪਣੇ ਕੋਲ ਹੋਰ ਵੀ ਜੋ ਕੁਸ਼ਚਨ ਨੇ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਦੈਨ ਇਸ ਤੋਂ ਬਾਅਦ ਜੋ ਆਪਣੀ ਅਗਲੀ ਕਲਾਸ ਹੋਏਗੀ
ਉਸ ਦੇ ਵਿੱਚ ਆਪਾਂ ਵਿਆਕਰਨ ਵਾਲਾ ਪਾਰਟ ਸ਼ੁਰੂ ਕਰਾਂਗੇ। ਵਿਆਕਰਨ ਮੀਨਸ ਆਪਣੀ ਗ੍ਰੈਮਰ ਵਾਲਾ ਪਾਰਟ, ਜਿਸ ਦੇ ਵਿੱਚ ਆਪਾਂ ਪੜ੍ਹਾਂਗੇ ਸ਼ਬਦ ਬੋਧ, ਧੁਨੀ ਬੋਧ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਧੁਨੀ ਬੋਧ, ਫਿਰ ਆਪਾਂ ਪੜ੍ਹਾਂਗੇ ਸ਼ਬਦ ਬੋਧ, ਠੀਕ ਹੈ। ਧੁਨੀ ਬੋਧ ਦੇ ਵਿੱਚ ਆਪਾਂ ਧੁਨੀਆਂ ਵਗੈਰਾ ਬਾਰੇ ਡਿਸਕਸ ਕਰਾਂਗੇ। ਦੈਨ ਫਿਰ ਉਸ ਤੋਂ ਬਾਅਦ ਸ਼ਬਦ ਬੋਧ, ਧੁਨੀਆਂ ਤੋਂ ਸ਼ਬਦ ਬਣਦੇ ਨੇ। ਫਿਰ ਅਰਥ ਬੋਧ, ਜਿਹੜੇ ਸ਼ਬਦਾਂ ਦੇ ਅਰਥ ਹੁੰਦੇ ਨੇ ਉਹਨਾਂ ਨੂੰ ਪੜ੍ਹਾਂਗੇ। ਦੈਨ ਉਸ ਤੋਂ ਬਾਅਦ ਫਿਰ ਜਿਹੜੇ ਸ਼ਬਦਾਂ ਦੇ ਅਰਥ ਹੁੰਦੇ ਨੇ ਉਹਨਾਂ ਤੋਂ ਹੀ, ਮੀਨਸ ਜਿਹਨਾਂ ਦਾ ਕੁਛ ਮੀਨਿੰਗ ਹੁੰਦਾ ਹੈ ਉਹਨਾਂ ਤੋਂ ਹੀ ਬਣਦੇ ਨੇ ਵਾਕ, ਫਿਰ ਆਪਾਂ ਪੜ੍ਹਾਂਗੇ ਵਾਕ ਬੋਧ, ਠੀਕ ਹੈ। ਅਤੇ ਆਪਣੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਇੱਥੇ ਆਪਾਂ ਜਿਹੜੀ ਆਪਣੀ ਟੋਪਿਕਸ ਨੇ ਉਹਨਾਂ ਨੂੰ ਕੰਪਲੀਟ ਕਰਾਂਗੇ। ਬਟ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ, ਜੇ ਤੁਸੀਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਕਿ ਹਾਂਜੀ ਜੇ ਐਗਜ਼ਾਮ 'ਚ 25 ਨੰਬਰ ਦੀ ਆਪਣੇ ਕੋਲ ਪੰਜਾਬੀ ਗ੍ਰੈਮਰ ਆ ਰਹੀ ਹੈ, ਜਾਂ ਪੰਜਾਬ ਜੀ ਕੇ ਹੈ ਜਿਹੜੀ ਉਹ 7-8 ਨੰਬਰ ਦੀ ਪਾਈ ਜਾਂਦੀ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ, ਤਾਂ ਜਿਹੜੇ ਸਟੂਡੈਂਟਸ ਉਹ ਪੜ੍ਹਨਾ ਚਾਹੁੰਦੇ ਨੇ, ਤਾਂ ਸਾਡੇ ਜੋ ਇਲੈਕਟ੍ਰਿਕ ਲਰਨਿੰਗ ਹੈ, ਜੋ ਇਲੈਕਟ੍ਰਿਕ ਲਰਨਿੰਗ ਹੈ, ਇਹਨੂੰ ਰੈਗੂਲਰਲੀ ਯੂਟਿਊਬ 'ਤੇ ਫੋਲੋ ਕਰੋ, ਯੂਟਿਊਬ 'ਤੇ ਫੋਲੋ ਕਰੋ, ਇੰਸਟਾਗ੍ਰਾਮ 'ਤੇ ਇਲੈਕਟ੍ਰਿਕ ਲਰਨਿੰਗ ਦਾ ਪੇਜ ਹੈ ਉਹਨੂੰ ਫੋਲੋ ਕਰੋ, ਫੇਸਬੁੱਕ 'ਤੇ ਇਲੈਕਟ੍ਰਿਕ ਲਰਨਿੰਗ ਪੇਜ ਹੈ ਉਹਨੂੰ ਵੀ ਫੋਲੋ ਕਰੋ। ਐਂਡ ਮੋਸਟ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ, ਜੋ ਇਲੈਕਟ੍ਰਿਕ ਲਰਨਿੰਗ ਹੈ ਇਹ ਇਸਦੀ ਇੱਕ ਐਂਡਰਾਇਡ ਐਪ ਹੈ, ਐਂਡਰਾਇਡ ਐਪ ਜਿਸ 'ਤੇ ਕਿ ਸਾਡੇ ਪੇਡ ਬੈਚਿਸ ਚੱਲਦੇ ਨੇ ਐਟ ਅ ਵੈਰੀ ਰੀਜ਼ਨੇਬਲ ਪ੍ਰਾਈਸ, ਐਟ ਅ ਵੈਰੀ ਰੀਜ਼ਨੇਬਲ ਪ੍ਰਾਈਸ। ਇਲੈਕਟ੍ਰਿਕ ਲਰਨਿੰਗ ਐਪ ਨੂੰ ਡਾਊਨਲੋਡ ਕਰੋ ਅਤੇ ਜੋ ਵੀ ਕੋਰਸ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਖਰੀਦੋ। ਅਸੀਂ ਕੰਪਲੀਟ SSC ਸੈਂਟਰਲ ਗਵਰਨਮੈਂਟ ਦੇ ਐਗਜ਼ਾਮਸ, ਪੰਜਾਬ ਗਵਰਨਮੈਂਟ ਦੇ ਐਗਜ਼ਾਮਸ ਦੀ ਜੋ ਫੀਸ ਹੈ 1 ਸਾਲ ਵੈਲਿਡਿਟੀ ਦੇ ਨਾਲ ਉਹ ਅਪਰੋਕਸੀਮੇਟਲੀ 5000 ਦੇ ਨੀਅਰ ਅਬਾਊਟ ਹੈ, ਇਸ ਤੋਂ ਜ਼ਿਆਦਾ ਫੀਸ ਨਹੀਂ ਹੈਗੀ। ਅਤੇ ਤੁਸੀਂ ਜਦੋਂ ਉੱਥੋਂ ਪੜ੍ਹੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਐਕਸਪਲੇਨਡ ਡਾਟਾ ਮਿਲੇਗਾ, ਠੀਕ ਹੈ, ਹਰ ਇੱਕ ਸਬਜੈਕਟ ਦੇ ਉੱਪਰ। ਉਸ ਤੋਂ ਬਾਅਦ ਇੱਕ ਹੋਰ ਤੁਸੀਂ ਚੀਜ਼, ਟੈਲੀਗ੍ਰਾਮ 'ਤੇ ਸਾਡਾ ਇਲੈਕਟ੍ਰਿਕ ਲਰਨਿੰਗ ਦਾ ਗਰੁੱਪ ਹੈ, ਇਲੈਕਟ੍ਰਿਕ ਲਰਨਿੰਗ। ਇੱਥੇ ਅਸੀਂ ਆਪਣੀ ਜੋ ਵੀ ਲੇਟੈਸਟ ਵੀਡੀਓਜ਼, ਡਾਟਾ ਵਗੈਰਾ ਹੈ ਉਹ ਅਪਲੋਡ ਕਰਦੇ ਰਹਿੰਦੇ ਹਾਂ। ਅਤੇ ਇਸ ਟੈਲੀਗ੍ਰਾਮ ਗਰੁੱਪ 'ਤੇ ਹੀ ਸਾਡਾ ਡੇਲੀ ਕੁਇਜ਼ ਹੁੰਦਾ ਹੈ, ਹਰ ਇੱਕ ਸਬਜੈਕਟ ਦੇ ਉੱਪਰ, GS ਦੇ ਉੱਪਰ, ਮੈਥ ਦੇ ਉੱਪਰ, ਰੀਜ਼ਨਿੰਗ ਦੇ ਉੱਪਰ, ਇੰਗਲਿਸ਼ ਦੇ ਉੱਪਰ, ਅਤੇ ਉਸਦੀਆਂ ਟਾਈਮਿੰਗਸ ਵਗੈਰਾ ਸਾਰੀਆਂ ਦੱਸੀਆਂ ਜਾਂਦੀਆਂ ਨੇ, ਤਾਂ ਤੁਸੀਂ ਉਹ ਗਰੁੱਪ ਵੀ ਜੁਆਇਨ ਕਰ ਸਕਦੇ ਹੋ। ਅੱਜ ਦੇ ਲਈ ਇੰਨਾ ਹੀ, ਬਾਕੀ ਆਪਾਂ ਅਗਲੀ ਕਲਾਸ ਦੇ ਵਿੱਚ ਪੜ੍ਹਾਂਗੇ। ਥੈਂਕ ਯੂ ਸੋ ਮੱਚ।